ਕੋਈ ਟ੍ਰੈਪ ਲੱਗਾ ਸੀਗਾ ਕਿ 50,000 ਰਿਸ਼ਵਤ ਲੈਂਦਿਆਂ ਫੜਿਆ, ਕੀ ਕਹਿਣਾ ਚਾਹੁੰਦੇ ਕੋਈ ਤੁਹਾਡਾ ਪੱਖ ਇਸ ਬਾਰੇ? ਮੈਂ ਨਜਾਇਜ਼ ਬਸ ਮੈਂ ਉਹਨਾਂ ਕੋਈ ਪਹਿਲਾਂ ਪੈਸਾ ਨਹੀਂ ਲਿਆ ਜੀ, ਅੱਜ ਉਹਨਾਂ ਨੇ ਨਾ ਹੀ ਮੈਨੂੰ ਸੀ ਵੀ ਇਹਨਾਂ ਨੇ ਮੈਨੂੰ ਕਦੀ ਸੋਚਿਆ ਸੀ ਵੀ ਇਹ ਕੰਮ ਮੇਰੇ ਨਾਲ ਕਰਨਗੇ। ਉਹਨਾਂ ਨੇ ਜਿਹੜੇ ਆਰਕੀਟੈਕਟ ਨੂੰ ਦਿੱਤਾ ਉਹਨਾਂ ਨੂੰ ਪਤਾ, ਜੋ ਵੀ ਮੈਨੂੰ ਤਾਂ ਬੜੇ ਪਿਆਰ ਨਾਲ ਲੈ ਕੇ ਗਏ ਆ। ਸਾਰੀ ਡੀਲਿੰਗ ਆਰਕੀਟੈਕਟ ਨਾਲ ਹੋ ਰਹੀ ਸੀ ਉਹਨਾਂ ਦੀ? ਹਾਂਜੀ ਹਾਂਜੀ ਆਰਕੀਟੈਕਟ ਨਾਲ, ਔਰ ਮੈਨੂੰ ਨਜਾਇਜ਼ ਫਸਾਇਆ ਗਿਆ, ਮੈਂ ਇਹੋ ਕਹਾਂਗਾ ਬਸ। ਕਿੰਨੇ ਦਿਨ ਰਹਿ ਗਏ ਡਿਵੈਲਪਮੈਂਟ ਤੁਹਾਡੀ? ਮੇਰੇ 10 ਦਿਨ ਜੀ, ਮੈਨੂੰ ਨਜਾਇਜ਼ ਫਸਾਇਆ। ਡਾਕਟਰ ਇੰਦਰਜੀਤ ਸਿੰਘ ਨਾਂ ਹੈ ਮੈਂ, ਅਤੇ ਇੱਕ ਅਕਿਊਜ਼ਡ ਅਸੀਂ ਅੱਜ ATP ਹਰਜਿੰਦਰ ਸਿੰਘ ਅਰੈਸਟ ਕੀਤਾ ਮੁਨਸਿਪਲ ਕਾਰਪੋਰੇਸ਼ਨ ਅੰਮ੍ਰਿਤਸਰ ਤੋਂ। ਇੱਕ ਸਾਡੀ ਕੰਪਲੇਂਟ ਸੀਗੇ ਸਾਈ ਕਿਰਪਾ ਜੀ, ਉਹ ਬਾਈ ਪ੍ਰੋਫੈਸ਼ਨ ਐਡਵੋਕੇਟ ਨੇ, ਐਂਡ ਉਹਨਾਂ ਨੇ ਇੱਕ NOC ਲੈਣੀ ਸੀਗੀ ਇੱਕ ਰੈਜ਼ੀਡੈਂਸ਼ੀਅਲ ਪਲਾਟ ਦੀ ਜੀ। ਉਹਦੇ ਸੰਬੰਧ ਦੇ ਵਿੱਚ ਜਿਹੜੀ NOC ਸੀ ਉਹ ਲਾਸਟ ਮੰਥ ਲੈ ਵੀ ਚੁੱਕੇ ਸੀ, ਪਰ ਫਿਰ ਵੀ ਜਿਹੜਾ ਇਹ ਕੰਮ ਨਹੀਂ ਸੀ ਉੱਪਰ ਕਰਨ ਦੇ ਰਿਹਾ ATP ਹਰਜਿੰਦਰ। ਇਹਨੇ ਜਾ ਕੇ 10 ਦਿਨ ਪਹਿਲਾਂ ਉੱਥੇ ਜਾ ਕੇ ਉਹਨਾਂ ਦੇ ਸਾਰਾ ਸੀਵਰੇਜ ਸਿਸਟਮ ਅਤੇ ਚਾਰ ਦੀਵਾਰੀ ਸੀਗੀ ਉਹ ਤੋੜ ਦਿੱਤੀ ਸੀਗੀ। ਅਤੇ ਇਹ ਫਿਰ ਜਦੋਂ ਇਹਨੂੰ ਦੁਬਾਰਾ ਇਹਨਾਂ ਰਾਬਤਾ ਕੀਤਾ ਕਿ ਸਾਡੇ ਕੋਲ NOC ਹੈਗੀ ਆ, ਰਿਕੁਆਇਰਡ ਡਾਕੂਮੈਂਟ ਸਾਰੇ ਹੈਗੇ ਆ, ਅਤੇ ਕਾਈਂਡਲੀ ਸਾਡਾ ਕੰਮ ਚੱਲ ਲੈਂਦੇ, ਅਤੇ ਉਹ ਕਹਿੰਦਾ ਕਿ ਨਹੀਂ ਮੈਂ 2 ਲੱਖ ਰੁਪਏ ਨੇ ਡਿਮਾਂਡ ਕੀਤਾ ਕਿ 2 ਲੱਖ ਰੁਪਇਆ ਦਿਓ, ਮੈਂ ਤੁਹਾਡਾ ਫਿਰ ਕੰਮ ਚੱਲਣ ਦੇਵਾਂਗਾ। 2 ਲੱਖ ਰੁਪਇਆ ਡਿਮਾਂਡ ਦੇ ਉੱਤੇ ਫਿਰ ਸਾਨੂੰ ਅਪਰੋਚ ਕੀਤਾ ਵਿਜੀਲੈਂਸ ਬਿਊਰੋ ਨੂੰ ਕੰਪਲੇਟਨ ਸਾਈ ਕਿਰਪਾ ਜੀ ਨੇ, ਅਤੇ ਇਹਨਾਂ ਨੇ ਸਾਨੂੰ ਸਾਰੀ ਜਿਵੇਂ ਦੱਸੀ ਗੱਲ ਇਹਨਾਂ ਦਾ, ਫਿਰ ਆਪਾਂ ਦੇਖ ਕੇ ਵੈਰੀਫਾਈ ਕਰਕੇ ਔਨ ਰਿਕਾਰਡ, ਅਤੇ ਅੱਜ ਇਹਨੂੰ ਅਸੀਂ ਟਰੈਪ ਕੀਤਾ ਹਰਜਿੰਦਰ ਸਿੰਘ ATP ਜਿਹੜੇ ਮਿਊਂਸਪਲ ਕਾਰਪੋਰੇਸ਼ਨ ਅੰਮ੍ਰਿਤਸਰ ਦੇ ਵਿੱਚ ਪੋਸਟਡ ਨੇ। 50,000 ਰੁਪਇਆ ਇਹਨਾਂ ਨੂੰ ਰਿਸ਼ਵਤ ਲੈਂਦਿਆਂ ਰੰਗੇ ਸੀ ਗ੍ਰਿਫਤਾਰ ਕੀਤਾ। ਕਿੱਥੋਂ ਗ੍ਰਿਫਤਾਰ ਕੀਤਾ? ਇਹ ਮਿਊਂਸਪਲ ਕਾਰਪੋਰੇਸ਼ਨ ਦੇ ਆਫਿਸ ਦੇ ਬਿਲਕੁਲ ਅੱਗੇ ਪਾਰਕਿੰਗ ਦੇ ਵਿੱਚ ਹੀ ਉਹਨਾਂ ਦੀ ਕਾਰ ਦੇ ਵਿੱਚ ਹੀ ਇਹ ਮਤਲਬ ਪੈਸੇ ਲੈਣ ਆ ਗਏ ਸੀਗੇ, ਉਹ ਮਿਊਂਸਪਲ ਕਾਰਪੋਰੇਸ਼ਨ ਦੇ ਆਫਿਸ ਦੇ ਸਾਹਮਣੇ ਗ੍ਰਿਫਤਾਰ ਕੀਤਾ। ਅਤੇ ਕੀ ਹੁਣ ਰਿਮਾਂਡ ਵਾਸਤੇ? ਨਹੀਂ ਅੱਜ ਤਾਂ ਗ੍ਰਿਫਤਾਰ ਇਹਨਾਂ ਦੀ ਅਰਾਊਂਡ 2:30 ਦੇ ਅਰਾਊਂਡ ਅਸੀਂ ਗ੍ਰਿਫਤਾਰ ਕੀਤਾ, ਅਤੇ ਕੱਲ੍ਹ ਇਹਨਾਂ ਨੂੰ ਅਸੀਂ ਬਾਅਦ ਦੁਪਹਿਰ ਕੋਰਟ 'ਚ ਪੇਸ਼ ਕਰਾਵਾਂਗੇ ਮੈਡੀਕਲ ਕਰਵਾ ਕੇ, ਅਤੇ ਫਿਰ ਉਦੋਂ ਅਸੀਂ ਪੁਲਿਸ ਰਿਮਾਂਡ ਵਾਸਤੇ ਜਿਹੜਾ ਆ ਉਹ ਐਪਲੀਕੇਸ਼ਨ ਮੂਵ ਕਰਾਂਗੇ। ਕਾਰਪੋਰੇਸ਼ਨ ਐਮਟੀਪੀ ਵਿਭਾਗ ਦੇ ਕਾਫੀ ਜਿਹੜੇ ਲੱਗਦੇ ਰਹਿੰਦੇ ਆ ਆਰੋਪ ਕਿ ਭ੍ਰਿਸ਼ਟਾਚਾਰ ਬਹੁਤ ਹੈ, ਇਹ ਤੁਹਾਨੂੰ ਜਿਹੜੀ ਕਾਰਵਾਈ ਕਿਸ ਤਰ੍ਹਾਂ ਦੀ ਲੱਗਦੀ? ਅਤੇ ਕਾਰਵਾਈ ਤਾਂ ਦੇਖੋ ਇੱਦਾਂ, ਅਗਰ ਕੋਈ ਹੋਰ ਆਰੋਪ ਲੱਗਦਾ, ਕੋਈ ਹੋਰ ਅਫਸਰ ਪੈਸੇ ਡਿਮਾਂਡ ਕਰਦਾ ਪਬਲਿਕ ਕੋ ਕਰਦਾ, ਜਾਂ ਕਿਸੇ ਵੀ ਤਰੀਕੇ ਦੀ ਕੋਈ ਕਿਸੇ ਦੀ ਡਿਮਾਂਡ ਹੈ, ਚਾਹੇ ਕੋਈ ATP ਹੈ, MTP ਹੈ, ਬਿਲਡਿੰਗ ਇੰਸਪੈਕਟਰ ਹੈ, ਤੁਹਾਨੂੰ ਵਿਜੀਲੈਂਸ ਬਿਊਰੋ ਨੂੰ ਅਪਰੋਚ ਕਰਨਾ ਚਾਹੀਦਾ। ਸਾਡੇ SSP ਸਾਹਿਬ ਦੇ ਬੜੇ ਕਲੀਅਰ ਇੰਸਟਰਕਸ਼ਨਸ ਨੇ ਤੁਹਾਡੇ ਸਟਾਫ ਨੂੰ, ਤਾਂ ਉਹਨਾਂ ਦੀ ਬੜੀ ਕਲੀਅਰ ਫੋਕਸ ਹੈਗਾ ਕਿ ਜਿਹੜੀ ਕਰਪਸ਼ਨ ਹੈ ਉਹ ਕਿਸੇ ਵੀ ਐਂਡ ਤੇ ਜਿਹੜੀ ਹੈਗੀ ਆ ਉਹ ਬਰਦਾਸ਼ਤ ਨਹੀਂ ਕਰਦਾ। 50,000 ਤੋਂ ਇਲਾਵਾ ਕੋਈ ਹੋਰ ਇਹਨਾਂ ਤੋਂ ਬਰਾਮਦ ਹੋਇਆ ਕੁਛ? ਨਹੀਂ ਨਥਿੰਗ, ਉਸ ਤੋਂ ਇਲਾਵਾ ਨਹੀਂ। 50,000 ਡਿਮਾਂਡ ਉਹ ਸੀਗੀ, ਰਿਕਵਰੀ ਸੀਗੀ। ਫਿਲਹਾਲ ਕੋਈ ਗੱਡੀ ਵਗੈਰਾ ਇਹਨਾਂ ਦੀ? ਨਹੀਂ ਨਥਿੰਗ।